ਬਲੱਡ ਦਾ ਜਿੰਨਾ ਸਾਰਾ ਬਲੱਡ ਪਿਆ ਇਹਨਾਂ ਨੂੰ ਉੱਥੇ ਅਨਕੌਂਸ਼ੀਅਸ ਕਰਕੇ ਚਲੇ ਗਏ ਸੀ। ਸਟੇਟਮੈਂਟ ਲਿਖ ਰਹੇ ਹਾਂ ਜੀ, ਇਸ ਤੋਂ ਸਟੇਟਮੈਂਟ ਜੋ ਕਰ ਰਹੇ ਹੋ ਵੀ ਇਨਵੈਸਟੀਗੇਸ਼ਨ ਜਾ ਰਹੀ ਹੈ, ਬੰਦੇ ਜਲਦੀ ਆਈਡੈਂਟੀਫਾਈ। ਜਿਹੜਾ ਇੱਥੇ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਇੱਥੇ ਅਟੈਕ ਕੀਤਾ, ਉਹ ਸਾਰਾ ਬਲੱਡ ਸਪੌਟਸ ਉੱਥੇ ਡਿੱਗੇ, ਉਹਨਾਂ ਦੇ ਤੇਜ਼ਧਾਰ ਹਥਿਆਰ ਸੀਗੇ। ਆ ਸਟੋਰ ਰੂਮ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਅਤੇ ਉਹ ਜਿਹੜਾ ਬਲੱਡ ਦਾ ਕੱਪੜਾ ਆ, ਸਾਰੇ ਬਲੱਡ ਸਪੌਟਸ ਇੱਥੇ ਵੀ ਡਿੱਗੇ ਹੋਏ ਆ। ਅਮੋਹਰ ਦੇ ਵਿੱਚ ਸ਼ਰੇਆਮ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਘਰ ਦੇ ਵਿੱਚ ਵੜ ਕੇ ਬਜ਼ੁਰਗ ਮਾਂ ਤੇ ਹਮਲਾ ਕੀਤਾ ਗਿਆ, ਫਿਰ ਉਸ ਨੂੰ ਬੰਦਕ ਬਣਾ ਕੇ ਘਰ ਦੇ ਵਿੱਚ ਪਏ ਗਹਿਣੇ ਲੁੱਟੇ ਗਏ ਔਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਰ ਦੇ ਵਿੱਚ ਖੂਨ ਦੇ ਨਿਸ਼ਾਨ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਔਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਬੂਤ ਪੇਸ਼ ਕੀਤੇ ਗਏ ਕਿ ਇਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਮਾਤਾ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਗਏ ਨੇ। ਬਜ਼ੁਰਗ ਮਾਂ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਹੈ, ਜਿਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਬੋਹਰ ਦੇ ਮੇਨ ਬਾਜ਼ਾਰ ਦੀ ਗਲੀ ਨੰਬਰ 10 ਦੀ ਇਹ ਘਟਨਾ ਹੈ, ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਬਜ਼ੁਰਗ ਮਾਂ ਨੂੰ ਬੰਦਕ ਬਣਾਇਆ ਗਿਆ, ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਇਲਾਕੇ ਦੇ ਲੋਕਾਂ ਦੇ ਵਿੱਚ ਪੂਰਾ ਰੋਸ ਹੈ, ਕਿਉਂਕਿ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਵੜ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਬਜ਼ੁਰਗ ਮਾਂ ਦਾ ਇਲਾਜ ਸਰਕਾਰੀ ਹਸਪੀਟਲ ਦੇ ਵਿੱਚ ਕੀਤਾ ਜਾ ਰਿਹਾ। ਅੰਬੋਹਰ ਦੇ ਮੇਨ ਬਾਜ਼ਾਰ ਗਲੀ ਨੰਬਰ 10 ਦੀ ਇਹ ਘਟਨਾ ਹੈ, ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਬਜ਼ੁਰਗ ਮਾਂ ਨੂੰ ਬੰਦਕ ਬਣਾਇਆ, ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕੀਤਾ, ਫਿਰ ਗਹਿਣੇ ਲੁੱਟ ਕੇ ਇੱਥੋਂ ਫਰਾਰ ਹੋ ਗਏ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਮੁਲਾਜ਼ਮ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਦੇ ਨੇ ਔਰ ਪੀੜਤ ਮਾਂ ਨੂੰ ਇਨਸਾਫ ਦਵਾਉਂਦੇ ਨੇ। ਮਾੜੀ ਗੱਲ ਜੀ, ਮੈਂ ਤੁਹਾਨੂੰ ਦੇਖ ਰਿਹਾ ਸੀਗਾ ਵੀ 10 ਨੰਬਰ ਬਾਜ਼ਾਰ ਦੀ ਦਿਨ ਦਿਹਾੜੇ ਇਸ ਤਰ੍ਹਾਂ ਦੀ ਹਸਤਾ ਹੋਣਾ ਕੀ ਆ, ਮੈਨੂੰ ਤਾਂ ਲੱਗਾ ਨਹੀਂ ਕੋਈ ਸ਼ਹਿਰ 'ਚ ਮਹਿਲਾ ਬੱਚਾ ਜਾਂ ਕੋਈ ਵਪਾਰੀ ਸੁਰੱਖਿਅਤ ਹੋਏਗਾ। ਬਹੁਤ ਹੀ ਨਿੰਦਣੀ ਘਟਨਾ ਹੈ ਅਤੇ ਜੇ ਇਹਦੇ 'ਤੇ ਕਾਰਵਾਈ ਨਹੀਂ ਹੋਈ ਤਾਂ ਮੈਨੂੰ ਲੱਗਦਾ ਵੀ ਵਪਾਰੀਆਂ ਨੂੰ ਲੋਕਾਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ਼ ਪ੍ਰਦਰਸ਼ਨ ਕਰਨਾ ਪਏਗਾ ਤਾਂ ਜਾ ਕੇ ਉੱਠਣ ਪਏਗੀ। ਅਬੋਹਰ ਦੇ ਹਾਲਾਤ ਪ੍ਰਸ਼ਾਸਨ ਦੇ ਹੱਥੋਂ ਨਿਕਲ ਚੁੱਕੇ ਹਨ। ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ੇਸ਼ ਰੂਪ ਨਾਲ ਅਬੋਹਰ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ। ਇਹ ਇਸ ਤੋਂ ਵੱਡਾ ਘਟਨਾਕ੍ਰਮ ਹੋ ਨਹੀਂ ਸਕਦਾ ਕਿ ਹੁਣ ਦਰਾਂ ਦੇ ਵਿੱਚ ਵੀ ਸ਼ਹਿਰ ਵਾਸੀ ਸੁਰੱਖਿਅਤ ਨਹੀਂ ਹੈਗੇ। ਪ੍ਰਸ਼ਾਸਨ ਨੂੰ ਇਹਦੀ ਤਰਫ ਸਪੈਸ਼ਲ ਧਿਆਨ ਦੇਣਾ ਚਾਹੀਦਾ। SSP ਮੈਮ ਨਵੇਂ ਆਏ ਹੈ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਪਲੀਜ਼ ਸਾਡੇ ਸ਼ਹਿਰ ਨੂੰ ਬਚਾਓ। ਸਾਰਾ ਹੈ ਤਾਂ ਘਰ ਖੁੱਲ੍ਹਾ ਸੀ, ਮੈਂ ਇੱਧਰ ਕਿਚਨ 'ਚ ਗਿਆ, ਕਿਚਨ 'ਚ ਇੱਕ ਥੈਲੀ ਜਿਹੀ ਰੱਖੀ, ਮੈਂ ਲਸਣ ਸੀ ਮੇਰੇ ਹੱਥ, ਉਹ ਰੱਖ ਕੇ ਮੈਂ ਥੱਲੇ ਆ ਕੇ ਦੇਖਿਆ ਖੂਨ ਇੱਥੇ ਲੱਗਿਆ ਪਿਆ। ਮੈਨੂੰ ਐਂ ਲੱਗਿਆ ਪਤਾ ਨਹੀਂ ਰੰਗ ਇਹ ਕੀ ਹੈ। ਇਹ ਵਾਪਸ ਮੈਂ ਬੈਡਰੂਮ ਜਾਣ ਲੱਗਿਆ ਤਾਂ ਸਾਹਮਣੇ ਮੇਰੀ ਮਿਸਿਸ ਖੜੀ ਦੇ ਅੱਗੇ ਜੀ ਹੱਥ ਆ, ਅੰਦਰ ਗਿਆ ਮੈਂ, ਅੰਦਰੋਂ ਦੇਖਿਆ ਤਾਂ ਬੋਲਟ ਕੀਤਾ ਹੋਇਆ ਸੀ ਅੰਦਰ। ਓਕੇ, ਹਾਂ ਉਹ ਖੋਲ੍ਹਿਆ ਮੈਂ ਦਰਵਾਜ਼ਾ ਅਤੇ ਉਹ ਕਹਿੰਦੇ ਮੈਨੂੰ ਤਾਂ ਵੀ ਲੈ ਚਲੋ, ਮੇਰੇ ਤਾਂ ਸੱਟ ਮਾਰ ਗਿਆ ਕੋਈ, ਆਇਆ ਸੀ ਦੋ ਦਿਨ ਅਤੇ ਇਸ ਤਰ੍ਹਾਂ ਇੱਕ ਤਾਂ ਚੇਨ ਲੈ ਕੇ ਨੇ ਜੀ, ਇੱਕ ਟੋਪਸ ਹੈਗੇ ਸੀ, ਹੋਰ ਬਾਕੀ ਉਹਨਾਂ ਦੇ ਹਾਂਜੀ। ਹਮਾਰੇ ਪਾਸ ਇੱਕ ਫੀਮੇਲ ਕੋ ਲੈ ਕੇ ਆਏ ਹੈ, ਠੀਕ ਹੈ, ਜਿਨਕੇ ਸਿਰ ਪੇ ਕਾਫੀ ਚੋਟ ਲੱਗੀ ਹੋਈ ਹੈ, 3-4 ਵਾਰ ਕੀਏ ਗਏ ਜੈਸੇ ਲੱਗ ਰਹਾ ਨੇ, ਔਰ ਉਹਨਾਂ ਕੋ ਇੱਕ ਵਾਰ ਫਸਟ ਏਡ ਦੇ ਕੇ ਅਭੀ ਉਹਨਾਂ ਕਾ ਐਮਰਜੈਂਸੀ ਵਰਕਅਪ ਕਰ ਰਹੇ ਹਾਂ ਅੱਗੇ, ਔਰ ਬਾਕੀ ਪੇਸ਼ੈਂਟ ਨੂੰ ਦੇਖਦੇ ਹਾਲਾਤ ਥੋੜ੍ਹੀ ਗੰਭੀਰ ਲੱਗ ਰਹੀ ਹੈ, ਤਾਂ ਉਸਨੂੰ ਦੇਖਦੇ ਹੋਏ ਸ਼ਾਇਦ ਅੱਗੇ ਰੈਫਰ ਕਰਨਾ। ਜੇ ਐਗਜੈਕਟ ਤੋਂ ਨਹੀਂ ਪਤਾ, ਪਰ ਜਿੱਦਾਂ ਉਹਨਾਂ ਨੇ ਬਤਾਇਆ ਕਿ ਘਰ ਮੇਂ ਕੋਈ ਗੁੱਸੇ
रास्ते थे और उन्होंने उनको बंद भी कर दिया कमरे में, उनको मार के सिर पे, शायद लूट के इरादे से आए हुए ऐसा कुछ है। हाँ जी, उनको सीटी स्कैन के लिए आगे भेजना पड़ेगा क्योंकि सिर में चोट जाती। बड़ी घोर निंदा करना और इस वास्ते प्रशासन को यह गल कहना चाहते हैं, पार्टी वालों भी, सारे वालों भी, शहर वासियों वालों भी सख्त तो सख्त सजा मिलनी चाहिए और सख्त तो सख्त कदम उठाए जाने चाहिए ताकि इतने गश्त वधाई जाए। और उसके अलावा इस तरह के वाक्य किसी के घर जाके करना शरीयत की गुनाहगर्दी होगी। बिहार तो भी माड़ा हाल हो गया, यूपी तो भी माड़ा हाल करता है, बिहार तो माड़ा हाल करता, सारा कुछ लै जो मैनू छड्डो। उन्होंने फिर भी उन्होंने अटैक किया, सारा कुछ जिहड़ा ज्वेलरी सी पाई, रूम स्टोर रूम है जी, मेरे ख्याल टाइम उस वक्त 1 बजे 1:30 बजे का टाइम सीगा, भरे बाजार दे विच तुसी बाहर देख सकते हो, भरा भरिया बाजार सी। ते मैनू ये भी दस्या गया कि भी शायद अंदर पहले ही वड़ गए सी चोर, जिहड़े मैं उन्होंने चोर तो नहीं कहूंगा, चोर तो चलो उस गुंडे सीगे जिहड़े मर्डरर सीगे जिहड़े अंदर वड़े ते उन्हां नूं मार के ते इत्थे मारन दी कोशिश कीती, मौके ते जी अनकॉन्शियस ने, डॉक्टर ही दसणगे, इस वक्त कुछ भी नहीं कह सकदा, ओनर्स ही दसणगे जिहड़ा जो कुछ भी है। स्टेटमेंट लिख रहे हैं जी, एस पर स्टेटमेंट जो कर रही होगी इन्वेस्टिगेशन जा रही है, बंदे जल्दी आइडेंटिफाई कर, स्टेबल है जी, हूँ उन्होंने भी स्टेटमेंट है मुटली, असं जो है जरूर कोशिश कर रहे हैं, मैं आपको जाके जो लीड्स मिल गया डेवलप कर रहे हैं जी, कुछ नहीं किया जा सकता, दिस इज अ मैटर ऑफ इन्वेस्टिगेशन, असं अजे इन्वेस्टिगेट कर रहे हैं, जो सीसीटीवी फुटेज जो लीड्स है अभी उसके वेरीफाई।